ਇਸ ਦੁਨੀਆਂ ਦੇ ਵਿੱਚ ਗੁਰੂ ਸਾਹਿਬ ਦੇ ਅਸੂਲਾਂ ਤੋਂ ਵੀ ਹੋਣੇ। ਕੁਝ ਲੋਕ ਜੇਕਰ ਸਿੱਖੀ ਵਾਲਾ ਬਾਣਾ ਧਾਰਨ ਕਰ ਲੈਣ, ਉਹ ਸਿੱਖੀ ਅਸੂਲਾਂ ਤੋਂ ਬਿਨਾਂ ਹੀ ਸਿਰਫ ਸਿੱਖ ਘਰਾਣਿਆਂ ਦੇ ਵਿੱਚ ਪੈਦਾ ਹੋ ਕੇ ਆਪਣੇ ਆਪ ਨੂੰ ਸਿੱਖ ਸਮਝਦੇ ਹੋਣ, ਉਹ ਲੋਕ ਜਿਹੜੇ ਬਦਫੈਲੀਆਂ ਵੀ ਕਰਦੇ ਹੋਣ, ਕੇਸ ਵੀ ਕਤਲ ਕਰਾਉਂਦੇ ਹੋਣ ਤੇ ਆਪਣੀਆਂ ਗੱਡੀਆਂ ਦੇ ਮਗਰ ਪੋਤ ਸਰਦਾਰਾਂ ਦੇ ਜਾਂ ਸਿੰਘ ਚ ਕਿੰਗ ਲਿਖਵਾਉਂਦੇ ਹੋਣ, ਇਹੋ ਜਿਹੇ ਲੋਕ ਜਦੋਂ ਸਾਰੇ ਇਕੱਤਰ ਹੋ ਕੇ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਜੇਕਰ ਇੱਕ ਥਾਪੜ ਕੇ ਕਹਿਣ ਵੀ ਅਸੀਂ ਸਿੰਘ ਹੈਗੇ ਹਾਂ, ਤੇ ਅੱਗੋਂ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਸਵਾਲ ਕਰਦੇ ਆ, ਜੇਕਰ ਤੁਸੀਂ ਸਿੰਘ ਜਾਂ ਸਿੱਖ ਹੈਗੇ ਜੇ, ਫਿਰ ਉਹ ਕੌਣ ਸੀ ਜਿਨ੍ਹਾਂ ਨੇ ਬੰਦ ਬੰਦ ਕਟਵਾ ਕੇ ਆਪਣੀਆਂ ਖੋਪੜੀਆਂ ਲਵਾ ਕੇ ਤਨ ਚਰਾ ਕੇ ਦੇਗਾਂ ਚ ਵਾਲੇ ਖਾ ਕੇ ਜਿਹੜੇ ਮੇਰੇ ਸਨਮੁਖ ਰਹੇ ਜਿਨ੍ਹਾਂ ਮੈਨੂੰ ਪਿੱਠ ਨਹੀਂ ਕੀਤੀ? ਮਹਾਰਾਜ ਕਹਿੰਦੇ ਫਿਰ ਉਹ ਕੌਣ ਹੈਗੇ ਜੇਕਰ ਤੁਸੀਂ ਸਿੰਘ ਹੈਗੇ? ਅਸੀਂ ਸਾਰੇ ਜੇਕਰ ਅਮਲੀ ਰੂਪ ਦੇ ਵਿੱਚ ਗੁਰਸਿੱਖੀ ਕਮਾਉਂਦੇ ਨਹੀਂ ਆ, ਤੇ ਫਿਰ ਸਾਡਾ ਢੌਂਗ ਹੈਗਾ ਇਹ ਗੁਰੂ ਨੂੰ ਪਰਵਾਨ ਨਹੀਂ ਹੈਗਾ।